आवाज़ कौम टीवी देख रहे सारे दर्शकों का हार्दिक स्वागत करते हैं। अज असी थानू लैके चल रहे हैं अमृतसर के मजीठा रोड से वसदे पिंड वल कलां दे विच। इत्थे अधरंग लकवे और मूँह टेढ़े का इलाज एक बजुर्ग वालों बिना दवाई के मुफ्त किया जाता है। बुजुर्ग कुलदीप सिंह पिछली तीन पीढ़ियों तो मूँह टेढ़े का इलाज सिर्फ मरीजों के मूँह में रुमाल पा के झटका दे के करता है। दूरों दूरों इत्थे मरीज पहुँचते हैं, बहुत लोग ठीक हो के जाते हैं। आओ तुहानू भी नज़र मरवाउंदे हां कि किस तरह बाबा कुलदीप सिंह जी ये इलाज करते हैं। चोरी कर लगता लगता पता मेरा मूह टेढ़ा हो गया ਉਹਦਾ ਕੋਈ ਨਹੀਂ ਲੱਗਦਾ ਪਤਾ ਵੀ ਕਿਹੜੇ ਵੇਲੇ ਹਵਾ ਪੈ ਜਾਣੀ ਖੱਬੇ ਬੰਦੇ ਨੂੰ ਹੋ ਜਾਣਾ ਜਾਂ ਸੱਜੇ ਬੰਦੇ ਨੂੰ ਹੋ ਜਾਣਾ ਇਹਦਾ ਕੋਈ ਕਾਰਨ ਨਹੀਂ ਹੁੰਦਾ ਇਹ ਪਰਮਾਤਮਾ ਵੱਲੋਂ ਹੀ ਵਿੰਦਾ ਹੋ ਜਾਂਦਾ ਤੇ ਲੋਕ ਇੱਥੇ ਆ ਜਾਂਦੇ ਆ ਉਹ ਸਭ ਤੋਂ ਭੈੜੀ ਬਿਮਾਰੀ ਆ ਜਿਹੜਾ ਮੂੰਹ ਖੁੱਲ ਜਾਂਦਾ ਵਾ ਜਦੋਂ ਮੂੰਹ ਖੁੱਲ ਜਾਵੇ ਉਹਨੂੰ ਡਾਕਟਰ ਕਹਿ ਦਿੰਦੇ ਆ ਵੀ ਲੋਕ ਲੱਗ ਗਿਆ ਉਹਨਾਂ ਚਿਰ ਬੰਦਾ ਕੋਈ ਰੋਟੀ ਪਾਣੀ ਚਾਹ ਪਾਣੀ ਦਾ ਇੱਕ ਤੁਬਕਾ ਵੀ ਨਿਗਾਹ ਲਗਾ ਸਕਦਾ ਉਹ ਇਹ ਇੱਕ ਸੈਕਿੰਡ 'ਚ ਬੰਦ ਕਰ ਦਿੰਦੇ ਆ ਪਰ ਉਹ ਵੀ ਕੋਈ ਬਹੁਤ ਦੇਰ ਨਾ ਹੋਵੇ ਤਕਰੀਬਨ ਜਿੱਥੋਂ ਜਦੋਂ ਮੂੰਹ ਖੁੱਲ ਜਾਂਦਾ ਵਾ ਜਿੱਥੋਂ ਜੋੜ ਨਿਕਲਦਾ ਉਹਦੇ ਵਿੱਚ ਮੁੜ ਕੇ ਕਈ ਵਾਰ ਖੂਨ ਦਾ ਜਮਾਅ ਹੋ ਜਾਂਦਾ ਵਾ ਉਹ ਵੀ ਹਫ਼ਤੇ ਦਸਾਂ ਦਾ ਦੇ ਅੰਦਰ ਅੰਦਰ ਉਹਨੂੰ ਠੀਕ ਕਰਵਾ ਲੈਣਾ ਚਾਹੀਦਾ ਜੇ ਬਹੁਤ ਲੇਟ ਹੋ ਜਾਈਏ ਤਾਂ ਫਿਰ ਨਹੀਂ ਠੀਕ ਹੁੰਦਾ ਪਰ ਉਹ ਕੰਮ ਇੱਕ ਸੈਕਿੰਡ ਦਾ ਵਾ ਠੀਕ ਹਾਂਜੀ ਠੀਕ ਇਹ ਮੂੰਹ ਮਿਲਿਆ ਜੇ ਜਿਹਨਾਂ ਦੇ ਮੂੰਹ ਟੇਢੇ ਹੋਏ ਸਾਰੇ ਉਹ ਬੈਠੇ ਉਹ ਹੱਸਦਾ ਕਰਦਾ ਜਿਹਦਾ ਸਾਨੂੰ ਪਤਾ ਰਿਹਾ ਕਿੰਨੀ ਕਿੰਨੀ ਦੇਰ ਲੱਗ ਜਾਂਦੀ ਹੈ ਨਾਲ ਆ ਇੱਕ ਭਾਜੀ ਦਾ ਮੂੰਹ ਮਿਲਿਆ ਦੇਰ ਹਫ਼ਤਾ ਦਸ ਦਿਨ ਲੱਗ ਜਾਣਗੇ ਮੂੰਹ ਠੀਕ ਹੋ ਜੂਗਾ ਪਰ ਪੁਰਾਣਾ ਹੋਵੇ ਤਾਂ ਫਿਰ ਨਹੀਂ ਜੇ ਸਾਲ ਪੁਰਾਣਾ ਹੋਵੇ 6 ਮਹੀਨੇ ਪੁਰਾਣਾ ਹੋਵੇ ਤਾਂ ਉਹਦੀ ਤਾਂ ਕੋਈ ਗਰੰਟੀ ਨਹੀਂ ਕਿ ਠੀਕ ਹੋਵੇ ਚਾਹੇ ਨਾ ਹੋਵੇ ਜਿਹਦਾ ਪਾਸਾ ਖਰਾਬ ਹੋਇਆ ਹੋਵੇ ਉਹਦਾ ਵੀ ਖਾਸ ਕਰਕੇ 6 ਮਹੀਨੇ ਦਾ ਪੀਰੀਅਡ ਆ ਬਾਅਦ ਦੇ ਵਿੱਚ ਹਕੀਮ ਦਵਾਈਆਂ ਦੇ ਜਾਂਦੇ ਪੈਸੇ ਲਈ ਜਾਂਦੇ ਬਾਅਦ 'ਚ ਫਰਕ ਨਹੀਂ ਪੈਂਦਾ 6 ਮਹੀਨਿਆਂ ਵਿੱਚ ਪੂਰਾ ਬੰਦਾ ਠੀਕ ਹੋਣਾ ਚਾਹੀਦਾ ਵਾ ਜੇ ਕੋਈ ਬੁਖਰਕ ਰਹਿ ਗਿਆ ਤਾਂ ਫਿਰ ਰਹਿ ਹੀ ਜਾਂਦਾ ਵਾ ਪਹੁੰਚਦੇ ਨੇ ਸਾਰੇ ਪੰਜਾਬ 'ਚੋਂ ਬਾਹਰਲੇ ਮੁਲਕਾਂ ਤੋਂ ਵੀ ਹਾਂਜੀ ਤਾਂ ਦੇਖੋ ਡਾਕਟਰਾਂ ਦੀ ਆਪਣੀ ਥਿਊਰੀ ਆ ਸਾਡੀ ਆਪਣੀ ਆ ਬਲਕਿ ਡਾਕਟਰ ਸਾਡੀ ਜਾਨ ਨੂੰ ਰੋਣਗੇ ਵੀ ਤੁਸੀਂ ਬਹੁਤ ਇਲਾਜ ਕਰਦੇ ਜੇ ਉੱਥੇ ਪੈਸੇ ਦੇਣੇ ਹੁੰਦੇ ਕਾਫੀ ਹਾਂਜੀ ਉਹ ਡਾਕਟਰਾਂ ਦੀ ਆਪਣੀ ਵੇਖੋ ਹੁਣ ਕਿਸੇ ਦਾ ਗੁਰਦਾ ਫੇਫੜਾ ਖਰਾਬ ਹੋਵੇ ਉਹਦਾ ਠੀਕ ਨਹੀਂ ਕਰ ਦੇਣਾ ਜਿਹੜਾ ਕਿਸੇ ਦਾ ਅੰਗ ਉਤਰਿਆ ਉਹ ਚੜਾ ਸਕਦੇ ਆ ਮੂੰਹ ਟੇਢਾ ਹੋਵੇ ਉਹ ਸਿੱਧਾ ਕਰ ਸਕਦੇ ਆ ਉਹ ਵੈਸੇ ਡਾਕਟਰਾਂ ਦੀ ਡਿਊਟੀ ਨਹੀਂ ਹੈਗੀ ਉਹ ਸਾਡੇ ਕੋਲ ਕਰਾਉਣ ਡਾਕਟਰ ਅਸੀਂ ਡਾਕਟਰਾਂ ਕੋਲ ਵੀ ਕਰਾਉਂਦੇ ਆ ਵੀ ਜਾਓ ਵੀ ਤੁਸੀਂ ਆਹ ਜਿਹੜਾ ਕੰਮ ਡਾਕਟਰਾਂ ਕੋਲ ਕਰਾਉਣਾ ਹਾਂਜੀ ਠੀਕ ਹੈ ਧੰਨਵਾਦ ਜੈਸੇ ਕਿ ਮੇਰਾ ਪਿੰਡ ਬਲਕ ਲੈ ਤੇ ਇਹ ਕੁਲਦੀਪ ਸਿੰਘ ਆਪਣਾ ਸੱਜਣ ਆ ਇਹਨਾਂ ਦਾ ਦਾਦਾ ਇਹਨਾਂ ਦਾ ਪਿਓ ਇਹ ਆਪ ਕਾ ਜੀ ਕਾਕਾ ਤੀਜੀ ਚੌਥੀ ਪੀੜ੍ਹੀ ਹੋ ਗਈ ਜੀ ਇਹ ਸਾਡੇ ਆਪ ਦੋਸਤ ਨੇ ਮਿੱਤਰ ਨੇ ਬਹੁਤ ਨਿੱਧੀ ਨੇ ਅਤੇ ਮਹਾਰਾਜ ਦੀ ਬੜੀ ਕਿਰਪਾ ਵਾ ਵੀ ਜਿਹੜਾ ਵੀ ਜਿੱਥੇ ਵੀ ਜਾਣਾ ਕੋਈ ਆਣ ਕੇ ਕੰਮ ਨੂੰ ਕੰਮ ਕਰਾ ਕੇ ਸਿੱਧਾ ਕਰਕੇ ਚੱਲ ਜਾਂਦੇ ਨੇ ਕੋਈ ਪੈਸੇ ਨਹੀਂ ਲੈਂਦੇ ਕੋਈ ਗੱਲ ਨਹੀਂ ਕੋਈ ਲੈਣ ਨਹੀਂ ਕੋਈ ਇਹੋ ਜਿਹਾ ਕੰਮ ਹੈ ਕਿ ਮਰੀਜ਼ ਰੱਖਣ ਵਾਸਤੇ ਕਮਰਾ ਬਣਾਇਆ ਜੀ ਕੋਈ ਰਾਤ ਰਹਿ ਸਕਦਾ ਰੋਟੀ ਪਾਣੀ ਮਿਲ ਸਕਦਾ ਕਮਰਾ ਮਿਲ ਸਕਦਾ ਵਾ ਕੋਈ ਦੂਰ ਨੇੜੇ ਹੋਵੇ ਜੀ ਬੜੀ ਬੜੀ ਦੂਰ ਲੋਕ ਆਉਂਦੇ ਜੀ ਆਪਣਾ ਫਾਇਦਾ ਕਰਕੇ ਜਾਂਦੇ ਇਲਾਜ ਹਰ ਰੰਗ ਦਾ ਕੀਤਾ ਜਾਂਦਾ 6 ਮਹੀਨੇ ਤੋਂ ਪਹਿਲਾਂ ਜਿਹੜਾ ਬਚਪਾਛਾ ਖਲੋਏ ਉਹਦੀ ਦਵਾਈ ਬਣਾ ਕੇ ਦਿੰਦੇ ਜੀ ਅਤੇ ਜਿਹੜਾ ਮੂੰਹ ਸਿੱਧਾ ਕਰਨਾ ਉਹ ਹੱਥ ਨਾਲ ਕਰ ਦਿੰਦੇ ਜੇ ਅਤੇ ਜਿਹੜੀ ਬਾਚੀ ਡਿੱਗੀ ਆ ਉਹ ਤਾਂ ਬਹੁਤ ਜ਼ਿਆਦਾ ਮਾੜੀ ਚੀਜ਼ ਆ ਉਹਦੇ ਨਾਲ ਮੂੰਹ 'ਚ ਪਾਣੀ ਜਾਣਾ ਨਾ ਮੂੰਹ ਟੰਡਿਆ ਰਹਿਣਾ ਮੱਖੀਆਂ ਪੈ ਨਿਕਲ ਗਈਆਂ ਉਹ ਜਦੋਂ ਵੀ ਮਰਜ਼ੀ ਕੋਈ ਆ ਜਾਵੇ ਉਸੇ ਵੇਲੇ ਖੁੱਲ੍ਹੀ ਛੁੱਟੀ ਆ ਅੱਧੀ ਰਾਤ ਆ ਜਾਵੇ ਉਸੇ ਵੇਲੇ ਬਾਚੀ ਜਾਂਦੀ ਤੀਜੀ ਚੌਥੀ ਪੀੜ੍ਹੀ ਦੇ ਲਾਗੇ ਹੋ ਗਏ ਜੀ ਵੀ ਇਹਨਾਂ ਦਾ ਦਾਦਾ ਜੇ ਮੈਂ ਜਿਹੜਾ ਵੇਖਿਆ ਜੇ ਇਹਨਾਂ ਦਾ ਡੈਡੀ ਸੀ ਇਹ ਆਪ ਜੀ ਇਹਨਾਂ ਦਾ ਡੈਡੀ ਕਾਕਾ ਫਿਰ ਚਰਨਜੀਤ ਸਿੰਘ ਉਹ ਉਹਨਾਂ ਦਾ ਤਾਂ ਬਹੁਤ ਧੰਨਵਾਦ ਪਰਮੇਸ਼ਰ ਨੇ ਕੀਤਾ ਵੀ ਇਹ ਦਰਸ਼ਕ ਪਾਉਂਦੇ ਆ ਲੋਕ ਵੀਡੀਓ ਵੇਖ ਕੇ ਆਈ ਜਾਂਦੇ ਆ ਆਪਣਾ ਕੰਮ ਕਰਾ ਕੇ ਜਾਂਦੇ ਆ ਬਹੁਤ ਨੱਟ ਮਾਰਦੇ ਆ ਖੁਸ਼ੀਆਂ ਪ੍ਰਾਪਤ ਕਰਦੇ ਆ ਅਤੇ ਹਰ ਇੱਕ ਨੂੰ ਬੜੇ ਖੁਸ਼ੀ ਮਿਲਦੀ ਆ ਅਤੇ ਸ਼ੀਸ਼ਾ ਦਿੰਦੇ ਕੋਈ ਡਾਕਟਰ ਕਰਾਵੇ ਤਾਂ ਦਾਹੀ ਕਰਾ ਨਹੀਂ ਸਕਦੇ ਲੱਖਾਂ ਰੁਪਏ ਲੈ ਦਿੰਦੇ ਆ ਮੁੜ ਕੇ ਕਰੋਨਾ ਆ ਕੇ ਮਾਰ ਦਿੰਦੇ ਆ ਕੱਲ੍ਹ ਮੈਂ ਗਏ ਕਰਿਆ ਉਹਨੇ ਕਰੋਨਾ ਆ ਕੇ ਤਾਂ ਅੱਛੀ ਨਹੀਂ ਮਾਰਤਾ ਸਾਡਾ ਬੱਚਾ ਵੀ ਚੌਥੇ ਪੈ ਜਾਂਦਾ ਇੱਥੇ ਮਰ ਗਿਆ ਉਹਦਾ ਸਿਰ ਭੋਗ ਗਏ 26 ਸਾਲ ਦੀ ਉਮਰ ਸੀ ਅਤੇ 8 ਲੱਖ ਰੁਪਈਆ ਲੈ ਲਿਆ ਬਿਲਕੁਲ
ਮੈਨੂੰ ਬਹੁਤ ਜ਼ੋਰ ਨਾਲ ਕੜਾਕਾ ਪਿਆ ਜੀ ਜਿਵੇਂ ਗਨ ਟੁੱਟਦਾ ਹੁੰਦਾ ਇਹ ਵੀਡੀਓ ਦੇਖੀ ਸੀਗੀ ਵੀਡੀਓ ਦੇਖ ਕੇ ਅਸੀਂ ਕੱਲ੍ਹ ਹੀ ਵੀਡੀਓ ਦੇਖੀ ਅੱਜ ਆ ਗਏ ਸੀ ਠੀਕ ਤੁਰਿਆ ਜਦੋਂ ਹੱਥ ਦੇ ਚੰਗਾ ਹੋ ਜਾਂਦਾ